ਸਵਾਗਤ ਹੈ ਬ੍ਰੌਡਵੇ ਸਟੱਡੀ ਵੀਜ਼ਾ ਟਿਪਸ ਵਿੱਚ। ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੀ। ਕੈਨੇਡਾ ਜਾਣ ਵਾਲੇ ਸਟੂਡੈਂਟਸ ਦੇ ਮਨ ਵਿੱਚ ਇੱਕ ਬਹੁਤ ਵੱਡਾ ਸਵਾਲ ਹੁੰਦਾ ਕਿ ਜੇ ਉਹ ਜਾਣਾ ਸਟੱਡੀ ਵੀਜ਼ਾ ਲਈ ਤਾਂ ਯੂਨੀਵਰਸਿਟੀ ਆਪਟ ਕਰਨ ਜਾਂ ਕਾਲਜਿਸ ਨੂੰ ਆਪਟ ਕਰਨ। ਅੱਜ ਅਸੀਂ ਇਹਦੇ 'ਤੇ ਇੱਕ ਐਕਸਪਰਟ ਪੁਆਇੰਟ ਆਫ ਵਿਊ ਡਿਸਕਸ ਕਰਾਂਗੇ। ਸਟੂਡੈਂਟਸ ਕਿਸ ਕ੍ਰਾਈਟੀਰੀਆ ਦੇ ਹਿਸਾਬ ਨਾਲ ਡਿਸੀਜਨ ਲੈਣ, ਜੇ ਕਾਲਜਿਸ 'ਚ ਜਾਣਾ ਤਾਂ ਕਿਹੜੇ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਜਾਣਾ ਚਾਹੀਦਾ, ਜੇ ਯੂਨੀਵਰਸਿਟੀਜ਼ 'ਚ ਜਾਣਾ ਤਾਂ ਕਿਹੜੇ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਜਾਣਾ ਚਾਹੀਦਾ, ਅਤੇ ਕਾਲਜ ਅਤੇ ਯੂਨੀਵਰਸਿਟੀ ਦੇ ਲੌਂਗ ਟਰਮ 'ਚ ਕੀ ਇਫੈਕਟ ਹੋ ਸਕਦੇ ਨੇ ਸਟੂਡੈਂਟਸ ਦੇ ਫਿਊਚਰ 'ਤੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਅਮਰਜੀਤ ਸਿੰਘ ਕੰਵਰ, ਡਾਇਰੈਕਟਰ ਬ੍ਰੌਡਵੇ ਇਮੀਗ੍ਰੇਸ਼ਨ। ਸਵਾਗਤ ਹੈ ਕੰਵਰ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ ਕੈਨੇਡਾ ਦੀ। ਆਪਾਂ ਸਾਰੇ ਹੋਰ ਵੀ ਮੇਰੇ ਬਹੁਤ ਸਾਰੇ ਏਜੰਟਸ ਦੋਸਤ ਹੈਗੇ ਆ ਜਿਨ੍ਹਾਂ ਤੋਂ ਤੁਸੀਂ ਅਲੱਗ ਅਲੱਗ ਸ਼ੋਜ਼ ਉਹਨਾਂ ਦੇ ਵੀ ਸੁਣਦੇ ਰਹਿੰਦੇ ਹੋ, ਮੇਰੇ ਵੀ ਸੁਣਦੇ ਰਹਿੰਦੇ ਹੋ। ਸੋ ਬਹੁਤ ਸਾਰੇ ਬੱਚੇ ਜਦੋਂ ਸਾਡੇ ਕੋਲ ਆਫਿਸ 'ਚ ਆਉਂਦੇ ਆ, ਉਹਨਾਂ ਦਾ ਇੱਕ ਬੜਾ ਕੁਐਸਚਨ ਹੁੰਦਾ ਕਿ ਸਰ ਤੁਸੀਂ ਮੈਨੂੰ ਯੂਨੀਵਰਸਿਟੀ ਕਿਉਂ ਸੁਜੈਸਟ ਕਰ ਰਹੇ ਹਾਂ, ਉਹਨੂੰ ਕਾਲਜ ਕਿਉਂ ਸੁਜੈਸਟ ਕਰ ਰਹੇ ਹਾਂ, ਕੀ ਡਿਫਰੈਂਸ ਹੈ, ਕਿਸ ਸਿਨਾਰੀਓ 'ਚ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਯੂਨੀਵਰਸਿਟੀ ਪੜ੍ਹਨ ਜਾਈਏ, ਜਾਂ ਕਿਸ ਸਿਨਾਰੀਓ ਨੂੰ ਲੈ ਕੇ ਆ ਸੋਚਣ ਦੀ ਲੋੜ ਹੈ ਕਿ ਸਾਡੇ ਲਈ ਕਾਲਜ ਬੈਟਰ ਹੈ। ਜ਼ਿਆਦਾਤਰ ਜਿਹੜੇ ਬੱਚੇ ਹੈ ਉਹਨਾਂ ਦਾ ਜਿਹੜਾ ਗੋਲ ਹੁੰਦਾ, ਪਹਿਲੀ ਪ੍ਰੈਫਰੈਂਸ, ਕਿਉਂਕਿ ਇੱਕ ਟ੍ਰੈਂਡ ਚੱਲਿਆ ਆ ਰਿਹਾ ਸ਼ੁਰੂ ਤੋਂ ਕਿ ਕਾਲਜ ਹੀ ਜਾਣਾ, ਕਾਲਜ ਹੀ ਜਾਣਾ, ਤਾਂ ਹਰ ਬੱਚਾ ਅੱਜ ਵੀ ਕਾਲਜ ਦੀ ਗੱਲ ਕਰ ਰਿਹਾ। ਲੇਕਿਨ ਬਹੁਤ ਜ਼ਰੂਰੀ ਹੈ ਕਿ ਸਮੇਂ ਦੇ ਨਾਲ ਜਿੱਦਾਂ ਜਿੱਦਾਂ ਅੰਬੈਸੀਜ਼ ਦੇ ਰੂਲਸ, ਰੈਗੂਲੇਸ਼ਨ, ਟ੍ਰੈਂਡਸ ਚੇਂਜ ਹੁੰਦੇ ਆ, ਉਹਦੇ ਨਾਲ ਨਾਲ ਬੱਚਿਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਹੁਣ ਸਮੇਂ ਦੇ ਬਦਲਾਵ ਦੇ ਹਿਸਾਬ ਨਾਲ ਚੱਲਣਾ ਜ਼ਰੂਰੀ ਹੈ। ਸੋ ਜਦੋਂ ਤੁਸੀਂ ਫਾਈਲ ਅੰਬੈਸੀ ਲਾਉਣੀ ਹੈ ਜਾਂ ਤੁਸੀਂ ਐਡਮਿਸ਼ਨ ਲੈਣੀ ਹੈ, ਤਾਂ ਇੰਸਟੀਟਿਊਟ ਤੁਹਾਡੀ ਮਰਜ਼ੀ ਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਉਹ ਕਿਹੜੇ ਪੈਰਾਮੀਟਰ ਡਿਸਾਈਡ ਕਰਦੇ ਆ। ਅਗਰ ਤੁਸੀਂ ਕਿਸੇ ਐਕਸਪਰਟ ਦੀ ਰਾਏ ਲਓਗੇ ਤਾਂ ਉਹਦੇ ਹਿਸਾਬ ਨਾਲ ਸ਼ਾਇਦ ਉਹ ਇੰਸਟੀਟਿਊਟ ਤੁਹਾਡੇ ਲਈ ਬੈਟਰ ਨਾ ਹੋਵੇ ਜਿਹੜਾ ਤੁਹਾਨੂੰ ਲੱਗਦਾ। ਬਿਕੋਜ਼ ਜਦੋਂ ਤੁਸੀਂ ਇੰਸਟੀਟਿਊਟ ਚੂਜ਼ ਕਰਦੇ ਹੋ, ਮੋਸਟਲੀ ਦਿਸ ਇਜ਼ ਵਾਟ ਆਈ ਸੀਨ ਪੰਜਾਬ 'ਚ ਪਰਟੀਕੁਲਰਲੀ, ਦੀਪਕ ਜੀ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਬੱਚੇ ਇਸ ਮਾਇੰਡ ਸੈੱਟ ਨਾਲ ਚੂਜ਼ ਕਰਦੇ ਆ ਕਿ ਮੈਨੂੰ ਘੱਟ ਪੜ੍ਹਨਾ ਪਵੇ, ਘੱਟ ਪੈਸੇ ਦੇਣੇ ਪੈਣ ਔਰ ਵਧੀਆ ਜਗ੍ਹਾ ਮਿਲ ਜੇ। ਸੋ ਇਸ ਫਰੇਮਵਰਕ 'ਚੋਂ ਸਾਨੂੰ ਬਾਹਰ ਆਉਣ ਦੀ ਲੋੜ ਹੈ ਹੁਣ, ਬਿਕੋਜ਼ ਹੁਣ ਜਿਹੜੀਆਂ ਉਹ ਕੰਟਰੀਜ਼ ਜਿੱਧਰ ਨੂੰ ਚੱਲ ਰਹੀਆਂ ਨੇ, ਅਗਰ ਤੁਸੀਂ ਉਹਨਾਂ ਦੇ ਪਿਛਲੇ 4-5 ਸਾਲ 10 ਸਾਲ ਦੀ ਵੀ ਸਟੱਡੀ ਕਰੋ ਜਦੋਂ ਤੋਂ SPP ਆਇਆ ਸੀ ਔਰ ਹੁਣ ਤੱਕ ਦੀ, ਔਰ ਇਸ ਤੋਂ ਅੱਗੇ ਵੀ ਜੋ ਟ੍ਰੈਂਡਸ ਆਪਾਂ ਦੇਖੀਏ, ਔਰ ਨੋਟ ਪਰਟੀਕੁਲਰਲੀ ਕੈਨੇਡਾ, ਤੁਸੀਂ ਆਸਟ੍ਰੇਲੀਆ ਵੱਲ ਵੀ ਦੇਖੋ, UK ਵੱਲ ਵੀ ਦੇਖੋ, ਇਹ ਸਾਰੀਆਂ ਕੰਟਰੀਜ਼ ਕਿਸੇ ਟਾਈਮ 'ਤੇ ਸਿਰਫ ਕਾਲਜਿਸ 'ਚ ਬੱਚਾ ਜਾਂਦਾ ਹੁੰਦਾ ਸੀ, ਵਿਦਾਊਟ ਆਈਲੈਟਸ ਵੀ ਬੱਚਾ ਜਾਂਦਾ ਹੁੰਦਾ ਸੀ। ਹੌਲੀ ਹੌਲੀ ਇਹ ਟ੍ਰੈਂਡ ਚੇਂਜ ਹੁੰਦਾ ਹੋਇਆ, ਵਿਦਾਊਟ ਆਈਲੈਟਸ ਤੋਂ 5 ਬੈਂਡ 'ਤੇ, 5.5 ਬੈਂਡ 'ਤੇ, 6 ਬੈਂਡ 'ਤੇ ਆ ਗਿਆ, ਕਾਲਜਿਸ ਤੋਂ ਮੂਵ ਹੁੰਦਾ ਹੁੰਦਾ ਹੋਇਆ ਆਸਟ੍ਰੇਲੀਆ, ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਤਾਂ ਯੂਨੀਵਰਸਿਟੀਜ਼ ਰਹਿ ਗਈਆਂ। UK ਦੀ ਗੱਲ ਕਰ ਲਓ ਤੁਸੀਂ, ਕਾਲਜਿਸ ਆਲਮੋਸਟ ਖਤਮ ਹੋ ਗਏ, ਹੁਣ ਸਿਰਫ ਯੂਨੀਵਰਸਿਟੀਜ਼ ਬਚੀਆਂ। ਸੋ ਐਸੇ ਕੁਛ ਰਸਤੇ 'ਤੇ ਆਸਟ੍ਰੇਲੀਆ ਵੀ, ਕੈਨੇਡਾ ਵੀ ਹੈ, ਬਟ ਕੈਨੇਡਾ 100% ਉਸ ਰਸਤੇ 'ਤੇ ਨਹੀਂ ਗਾ, ਬਿਕੋਜ਼ ਹਰ ਕੰਟਰੀਜ਼ ਦੀ ਆਪਣੀਆਂ ਪੋਲਿਸੀਜ਼ ਆ, ਆਪਣੇ ਸਟਰਕਚਰਸ ਹੈ। ਬਿਕੋਜ਼ ਕੈਨੇਡਾ ਦੇ ਵਿੱਚ ਜਿਹੜੇ ਕਾਲਜਿਜ਼ ਆ, ਦੇ ਆਰ ਕੁਆਇਟ ਬਿਗ ਇਨ ਸਾਈਜ਼, ਉਹ UK ਵਾਂਗੂ ਜਾਂ ਆਸਟ੍ਰੇਲੀਆ ਵਾਂਗੂ ਉੱਥੇ ਛੋਟੇ ਛੋਟੇ ਕਾਲਜ ਕਦੀ ਨਹੀਂ ਖੁੱਲ੍ਹਣ ਦਿੱਤੇ ਉਹਨਾਂ ਨੇ। ਸੋ ਉਹ ਕੁਛ ਇੱਕ ਸਟੈਂਡਰਡ ਬਣੇ ਹੋਏ ਆ ਉੱਥੇ ਐਜੂਕੇਸ਼ਨ ਦੇ, ਬਟ ਸਟਿਲ ਜੋ ਅੱਜ ਦਾ ਪ੍ਰੈਜੈਂਟ ਸਿਨਾਰੀਓ ਹੈ, ਜਿੱਥੇ SDS ਵਰਗੇ ਰੂਲਸ ਅਪਲਾਈ ਹੁੰਦੇ ਨੇ, ਯੂਨੀਵਰਸਿਟੀ ਦੀ ਉਹਨਾਂ ਨੇ ਅਲੱਗ ਕੈਟਾਗਰੀ ਰੱਖੀ ਹੋਈ ਹੈ ਔਰ ਇੱਕ ਜਰਨਲ ਦੀ ਕੈਟਾਗਰੀ ਅਲੱਗ ਰੱਖੀ ਹੋਈ ਹੈ। ਸੋ ਕਿੱਦਾਂ ਅਸੀਂ ਡਿਸਾਈਡ ਕਰਨਾ ਹੈ ਕਿ ਸਾਡਾ ਕੇਸ ਕਿਸ ਕੈਟਾਗਰੀ 'ਚ ਜਾਵੇ, ਕਿਸ ਜਗ੍ਹਾ 'ਤੇ ਅਸੀਂ ਐਡਮਿਸ਼ਨ ਲਈਏ, ਕਿਹੜੇ ਪੈਰਾਮੀਟਰਸ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਕਹੂੰਗਾ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣਾ ਆਈਲੈਟਸ ਬੈਂਡ ਦੇ ਇਕੱਲੇ ਜਾਂ ਪਰਸੈਂਟੇਜ ਨੂੰ ਲੈ ਕੇ ਨਹੀਂ ਗਾ, ਉਹ ਸਾਰਾ ਕੁਛ ਉਹਦਾ ਪਾਰਟ ਰਹੂਗਾ, ਬਟ ਆਪਾਂ ਮੇਜਰਲੀ ਡਿਸਾਈਡ ਕਰਨਾ ਕਿ ਆਪਾਂ ਕਾਲਜ ਕਿਉਂ ਸਿਲੈਕਟ ਕਰਨਾ ਜਾਂ ਆਪਾਂ ਯੂਨੀਵਰਸਿਟੀ ਕਿਉਂ ਸਿਲੈਕਟ ਕਰਨੀ ਹੈ ਔਰ ਕਿਸ ਸਿਨਾਰੀਓ 'ਚ ਸਿਲੈਕਟ ਕਰਨੀ ਹੈ। ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਅਗਰ ਆਪਾਂ ਜਦੋਂ ਇੰਸਟੀਟਿਊਟ ਸਿਲੈਕਟ ਕਰ ਰਹੇ ਹਾਂ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ, ਚਾਹੇ ਤੁਹਾਨੂੰ ਏਜੰਟ ਜੋ ਵੀ ਗਾਈਡ ਕਰ ਰਿਹਾ, ਸ਼ਾਇਦ ਉਹਦੇ ਵਿੱਚੋਂ ਵੀ ਤੁਸੀਂ ਇਹਦੇ ਵਿੱਚੋਂ ਕੁਛ ਕੱਢ ਸਕੋ ਕਿ ਸ਼ਾਇਦ ਏਜੰਟ ਤੁਹਾਨੂੰ ਸਹੀ ਰਸਤਾ ਦੱਸ ਰਿਹਾ ਜਾਂ ਨਹੀਂ ਦੱਸ ਰਿਹਾ। ਸੋ ਸਭ ਤੋਂ ਪਹਿਲਾਂ ਕਾਲਜਿਸ ਐਂਡ ਯੂਨੀਵਰਸਿਟੀਜ਼ ਕੀ ਹੈ, ਇਹਨਾਂ ਦਾ ਬੇਸਿਕ ਢਾਂਚਾ ਕੀ ਫਰਕ ਹੈ ਦੋਨਾਂ ਦੇ ਵਿੱਚ, ਪਹਿਲਾਂ ਸਮਝਣ ਦੀ ਲੋੜ ਹੈ। ਕਾਲਜਿਸ ਜਿਹੜੇ ਕੋਰਸਿਸ ਕਰਾਉਂਦੇ ਆ, ਦੇ ਆਰ ਐਫੀਲੀਏਟਿਡ ਕੋਰਸਿਸ ਹੁੰਦੇ ਆ, ਉਹ ਕੋਈ ਵੀ ਕੋਰਸ ਖੁਦ ਕ੍ਰੀਏਟ ਨਹੀਂ ਕਰਦੇ, ਉਹ ਕੋਈ ਵੀ ਕੋਰਸ ਖੁਦ ਬਣਾਉਂਦੇ ਨਹੀਂ ਗੇ, ਉਹਨਾਂ ਕੋਲ ਰਾਈਟਸ ਨਹੀਂ ਹੁੰਦੇ ਕਾਲਜਿਸ ਕੋਲ। ਕਾਲਜਿਸ ਕੋਲ ਜਿਹੜੇ ਕੋਰਸਿਸ ਹੋਣਗੇ ਉਹ ਹਮੇਸ਼ਾ ਜਾਂ ਤਾਂ ਕਿਸੇ ਯੂਨੀਵਰਸਿਟੀ ਨਾਲ ਟਾਈ ਅਪ ਕਰਕੇ ਹੋਣਗੇ, ਔਰ ਜਾਂ ਫਿਰ ਉੱਥੇ ਦੀਆਂ ਜਿਹੜੀਆਂ ਬਾਡੀਜ਼ ਹੁੰਦੀਆਂ ਨੇ, ਜਿੱਦਾਂ ਬਿਜ਼ਨਸ ਕੋਰਸਿਸ ਲਈ ਅਲੱਗ ਬਾਡੀ ਹੈ, IT ਕੋਰਸਿਸ ਲਈ ਅਲੱਗ ਹੈ, ਹੈਲਥ ਦੇ ਕੋਰਸਿਸ ਲਈ ਅਲੱਗ ਔਰਗਨਾਈਜੇਸ਼ਨਸ ਹੈ ਜਿਨ੍ਹਾਂ ਤੋਂ ਕੋਰਸ ਅਪਰੂਵਡ ਹੁੰਦੇ ਆ ਔਰ ਜਿਨ੍ਹਾਂ ਨੂੰ ਆਪਾਂ ਡਿਪਲੋਮਾਸ ਦੇ ਨਾਮ ਤੋਂ ਜਾਣਦੇ ਹਾਂ। ਵੰਸ ਇਟਸ ਬਿਕਮ ਅ ਡਿਗਰੀ, ਦੈਨ ਇਟਸ ਅ ਪਾਰਟ ਆਫ ਯੂਨੀਵਰਸਿਟੀ। ਸੋ ਬੇਸਿਕ ਢਾਂਚਾ ਤੁਸੀਂ ਆਹ ਸਮਝੋ ਕਿ ਕਾਲਜਿਸ ਕੋਲ ਇਹ ਕਾਨੂੰਨ ਰਾਈਟਸ ਨਹੀਂ ਹੈ
कि वह अपने कोर्सिज़ आप क्रिएट कर सकन। यूनिवर्सिटीज़ को कानून है, यह पावर हैगी ऑल ओवर द वर्ल्ड, ईवन इन इंडिया। इतने भी तुम अगर देखो तो इतने भी कॉलेज कभी कोई डिग्री स्टार्ट नहीं करता, वो कॉलेज किसी न किसी यूनिवर्सिटी ना टाइप हों और फिर वो डिग्री करा सकता है, अगर वो यूनिवर्सिटी जो डिग्री अवेलेबल है। सो बेसिकली वो डिग्री स्टार्ट करने की राइट्स किसके कोल है, यूनिवर्सिटीज़ के कोल। सो यूनिवर्सिटीज़ हैव अ राइट टू सैट देयर ओन कोर्स और उस कोर्स एंटर होने का क्राइटेरिया भी। सो बेसिकली आप इदा कह सकते हैं पहले पॉइंट न, कोर्स एंड एडमिशन जी है वह कॉलेज रूल नहीं सैट कर सकता। जिथे आप यूनिवर्सिटी की गल करिए कोर्सिस एंड प्लस उन्होंने एडमिशन क्राइटेरिया सिलेक्ट कर सकता है, ये कोल राइट है उन्होंने सैट कर सकता कि केड़ा बच्चा केड़े कोर्स कितनी क्वालिफिकेशन के नाल एंटर हो सकता कि वो इंग्लिश के पैरामीटर होंगे सारा कुछ। सो यूनिवर्सिटीज़ इस तरीके उन्होंने को राइट्स होंगे है। सो इन्हों राइट्स नू चैलेंज करना इट्स नॉट ईजी फॉर एनीबडी। सैकेंडली जो मैं कहना नॉट ईजी फॉर एनीबडी, यदा मतलब आ नहीं है कि तुसी यूनिवर्सिटी अप्लाई किया उन्हें तुम्हें विदाउट आयल्स एडमिशन देती था 100% वीज़ा लगना, इदा कुछ नहीं हुंदा। अंबैसी एक अलग अदारा है, वो एक अलग अलग कैलकुलेशन है तुहाडे प्रोफाइल के उपर। अगर वो तुहाडे प्रोफाइल तो सैटिस्फाइड होगा और तुहाडे एजुकेशन के पैटर्न तो सारे कुछ तो सैटिस्फाइड होगा तो वो शायद तुम्हें विदाउट आयल्स भी ऐसी यूनिवर्सिटी जान दूगा, तो हो सकता तुम्हें 6 बैंड नाल भी ना जान दे। सो अंबैसी नू सैटिस्फाइड करना एक अलग चीज़ है, आप उस मुद्दे पर इस शो च गल नहीं कर रहे। आप इस शो च गल कर रहे हैं कि आप कॉलेज या यूनिवर्सिटी दोनों जो की सिलेक्ट करना और सिलेक्ट करने लगे आप चीज़ों का ध्यान रखना। सो पहली चीज़ आ मैं दसती कि साढ़े पांच च कोई कॉलेज एडमिशन नहीं दिंदा बिकॉज वो यूनिवर्स अंबैसीज के पैटर्न फॉलो करते हैं जा जो कोर्सिस लिए पैटर्न सैट कराते अंबैसीज ने गवर्नमेंट ने, और यूनिवर्सिटीज़ को अपन राइट्स होंगे अपने कोर्सिस डिफाइन कर। सो विदाउट आयल्स लैंड वो एक साढ़े पांच लैंड, दो साढ़े पांच लैंड, वो उन्होंने को राइट हैगी है, उस राइट को चैलेंज नहीं कर सकती अंबैसी। पर कवर साहब एक मैं जरूर गल ऐड करना चाहूँगा, स्टूडेंट तुसी बहुत ज़्यादा थोड़ा राबता रहिंदा स्टूडेंट्स नाल, उन्हां दी सोच किदां दी हुंदी है? मोस्टली तीन तरीके नाल सोचते हैं, पहला एडमिशन लैन वेले मैं जाना है हाउ इट इज़ ईजी, हाँ कॉलेज या यूनिवर्सिटी पहला क्राइटीरिया उन्होंने यही होंगे। फिर सैकेंड सोचते हैं मैं नाल काम करके किन्ने पैसे कमा सकूँगा, मैं कि फ्रीडम ऑफ वर्क मिलेगी उत्थे जाके, बाद शायद वो तीसरे एस्पेक्ट बारे सोचते हैं फ्यूचर। मैं आ रहा है कि सैकेंड जो आप हूँ करियर बनाना, एक तो आप कॉलेज एडमिशन लेनी है पढ़ना है वो आप ध्यान रख लिया किदे कोल राइट्स है किदे कोल नहीं है, आईलैट्स का उपर नीचा आप इतों बेसिकली कंपेयर कर सकते हैं। नाउ इट्स अबाउट मेकिंग अ करियर। सो करियर तो पहला मैं एक पॉइंट होर करूँगा कि तुहाडी एजुकेशन जिहड़ी तुसीं कीती है उहदे हिसाब नाल की बेहतर है। सो आ भी इंपॉर्टेंट है सानू समझना कि असी जो पढ़न जा रहे हैं उहदा की बेनीफिट है और जो एजुकेशन असी इत्थे कीती है उहदे अगेंस्ट असी की लेना है। सो फॉर एग्जाम्पल अगर कोई बच्चे ने प्लस टू कीती है वह कॉलेज डिप्लोमा लै रहा टू सम एक्सटेंड इट्स फेयर इनफ, बट अगर तुसी ग्रेजुएशन डिग्री लेने तो डेफिनेटली इट्स अ टॉप ऑन दैट, डिप्लोमा तो फार फार बैटर है। एजुकेशन का पैटर्न थोड़ा लंबा हो सकता, ज़्यादा मैं ये उन्होंने प्रैफर करूँगा जो बच्चे ने 3 साल का ITI किया, मैकेनिकल का किया या सिविल का किया या इलैक्ट्रॉनिक्स का किया, कि कंपैरेटिवली और डिप्लोमा ही करे और उस स्टडी रिपीट करे, उसकी जगह अगर वो बैचलर डिग्री BTECH नू लूगा तो उधर ही ज़्यादा प्रोस्पेक्टिवली ज़्यादा वधिया है। सो डिप्लोमा एंड डिग्री दो तरह ने, बहुत घट कॉलेजिज भी है जेडे डिग्रीज देंगे ने, सो आई कीप ऑप्शन हेयर एज वैल, और बहुत घट यूनिवर्सिटीज़ ने जिहड़ियां डिप्लोमा दिंदियां ने, सो आई कीप बोथ थिंग्स देयर। दोनों जगह पर दोनों चीज़ां अवेलेबल हैगियां, बट तुसी अपनी क्वालिफिकेशन दे नाल डिसाइड करना है कि तुहाडे लई की बैटर है। अगर इन्हां दोनों नू नापोगे और लॉन्ग टर्म जो कि आपां करियर थर्ड पॉइंट आपां रख्या सीगा कि करियर दे पॉइंट ऑफ व्यू तो जाओगे तो यूनिवर्सिटी तुहाडे लई फार फार बैटर एक ऑप्शन निकल के आऊगी। नो डाउट इस टाइम अगर आपां क्योंकि कैनेडा की गल कर रहे हैं अज तो कैनेडा दे विच एक स्किल्स की शॉर्टेज बहुत ज़्यादा चल रही है, बहुत ज़्यादा इमीग्रेंट्स वो लै रहा कैनेडा, बहुत ज़्यादा वेलकमिंग पॉलिसीज वो हैगिया। सो कितने ना कितने उन्होंने स्किल सैट वाले बंदे भी चाहिए है, बट स्किल सैट वाले जो कोर्सिज होंगे बेसिक जोड़े है वेल्डर्स पलंबरस ये वो उन्होंने इंटरनेशनल स्टूडेंट बहुत ज़्यादा एंटरटेन नहीं हो रहा अगर आप प्रैक्टिकली इतने देखिए इंडिया के। सो इतों जो कोर्सिज करते हो ज़्यादातर डिप्लोमा इन बिजनेस,
ਡਿਪਲੋਮਾ ਇਨ ਹੋਸਪਿਟੈਲਿਟੀ ਮੈਨੇਜਮੈਂਟ, ਡਿਪਲੋਮਾ ਇਨ ITs, ਡਿਪਲੋਮਾ ਇਨ ਹੈਲਥ ਕੇਅਰ, ਡਿਪਲੋਮਾ ਇਨ ਚਾਈਲਡ ਕੇਅਰ, ਸੋ ਇੱਦਾਂ ਦੇ ਕੋਰਸਿਸ 'ਚ ਜਾਂਦੇ ਹੋ, ਇਹਨਾਂ ਡਿਪਲੋਮਾਸ ਦਾ ਜਿਹੜਾ ਆਊਟਕਮ ਹੈ ਉਹ ਓਨਾ ਸਟਰੋਂਗ ਤੁਹਾਨੂੰ ਨਹੀਂ ਮਿਲ ਸਕਦਾ ਜਿੰਨਾ ਆਊਟਕਮ ਉਸੇ ਸੇਮ ਟ੍ਰੇਡ ਦੇ ਵਿੱਚ ਅਗਰ ਤੁਸੀਂ ਬੈਚਲਰ ਡਿਗਰੀ ਗੇਨ ਕਰਦੇ ਹਾਂ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਤੁਹਾਨੂੰ ਕੋਅਪ ਪ੍ਰੋਗਰਾਮਸ ਦਿੰਦੀਆਂ ਨੇ, ਤੁਹਾਨੂੰ ਇੰਡਸਟਰੀ 'ਚ ਭੇਜਦੀਆਂ ਨੇ, ਸੋ ਡੈਫੀਨੇਟਲੀ ਦੇਰ ਇਜ਼ ਅ ਹਿਊਜ ਚਾਂਸਿਸ ਕਿ ਅਗਰ ਤੁਸੀਂ ਉਸ ਯੂਨੀਵਰਸਿਟੀ ਤੋਂ ਡਿਗਰੀਜ਼ ਲੈਂਦੇ ਹੋ ਔਰ ਉਹਦੇ ਨਾਲ ਉਹ ਕੋਅਪ ਪ੍ਰੋਗਰਾਮ ਕਰਦੇ ਹੋ ਤਾਂ ਤੁਹਾਡੀਆਂ ਪਲੇਸਮੈਂਟਸ ਬਹੁਤ ਈਜ਼ੀ ਹੈ। ਇਕੱਲਾ ਇੱਥੋਂ ਕੈਨੇਡਾ ਜਾਣ ਦੀ ਨਾ ਸੋਚੋ ਕਿ ਮੈਂ ਇੱਥੋਂ ਕੈਨੇਡਾ ਚਲੇ ਜਾਣਾ, ਕੈਨੇਡਾ ਜਾ ਕੇ ਆਪਾਂ ਲੇਬਰ ਨਹੀਂ ਬਣਨਾ ਵੀ ਜਿੱਦਾਂ ਕੋਈ ਬਿਹਾਰ ਤੋਂ ਆ ਗਿਆ ਪੰਜਾਬ ਜਾ ਕੇ ਖੁਸ਼ ਹੋਈ ਜਾਵੇ, ਉਹ ਕੰਮ ਨਾ ਕਰੋ। ਆਪਾਂ ਉਸ ਚੀਜ਼ 'ਚੋਂ ਬਾਹਰ ਆਈਏ, ਆਪਾਂ ਪੈਸਾ ਓਨਾ ਹੀ ਖਰਚ ਰਹੇ ਹਾਂ ਜਾਣ ਲਈ, ਉਹ ਹੀ 10-12-13-14 ਲੱਖ ਰੁਪਈਆ ਤੁਸੀਂ ਲਗਾ ਰਹੇ ਹੋ, ਬਟ ਉਹ 14 ਲੱਖ ਲਗਾ ਕੇ ਤੁਸੀਂ ਬਣ ਕੀ ਰਹੇ ਹੋ, ਇਹ ਸਮਝਣਾ ਜ਼ਰੂਰੀ ਹੈ ਕਿ ਤੁਸੀਂ ਉੱਥੇ ਜਾ ਕੇ ਇੱਕ ਲੇਬਰਰ ਬਣਨਾ ਚਾਹੁੰਦੇ ਹਾਂ ਜਾਂ ਤੁਸੀਂ ਜਾ ਕੇ ਉੱਥੇ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਹਾਂ। ਸੋ ਇਸ ਚੀਜ਼ ਨੂੰ ਜ਼ਰੂਰ ਆਪਣੇ ਦਿਮਾਗ 'ਚ ਰੱਖੋ। ਅਗਰ ਤੁਸੀਂ ਕਰੀਅਰ ਦੇ ਪਾਥਵੇ ਤੋਂ ਚੱਲੋਗੇ, ਮੈਂ ਕਾਲਜ ਦੀ ਜਗ੍ਹਾ ਯੂਨੀਵਰਸਿਟੀਜ਼ ਨੂੰ ਜ਼ਿਆਦਾ ਤਵੱਜੋ ਦਊਂਗਾ, ਜ਼ਿਆਦਾ ਵੈਲਿਊ ਦਊਂਗਾ। ਬੇਸ਼ੱਕ ਤੁਹਾਡੀ ਪੜ੍ਹਾਈ 1-2 ਸਾਲ ਦੀ ਇਹਦੇ 'ਚ ਜ਼ਿਆਦਾ ਹੋ ਸਕਦੀ ਹੈ, ਬਟ ਜਿੱਥੇ ਤੁਸੀਂ 2 ਸਾਲ ਪੜ੍ਹ ਲਓਗੇ ਉਹ 'ਚ 1 ਸਾਲ ਹੋਰ ਵੀ ਪੜ੍ਹਨਾ ਪੈ ਗਿਆ, ਉਹਦਾ ਆਊਟਕਮ ਜਿਹੜਾ ਉਹ ਬਹੁਤ ਡਿਫਰੈਂਟ ਹੈ। ਸੋ ਕਰੀਅਰ ਦੇ ਹਿਸਾਬ ਨਾਲ ਅਗਰ ਤੁਸੀਂ ਆਪਟ ਕਰਦੇ ਹਾਂ ਲੌਂਗ ਟਰਮ, ਅਗਰ ਤੁਸੀਂ ਕੈਨੇਡਾ 'ਚ ਜਾ ਕੇ ਨਾ ਸਿਰਫ ਇੱਕ ਟੈਕਸੀ ਡਰਾਈਵਰ ਦੇ ਤੌਰ 'ਤੇ ਰਹਿਣਾ ਚਾਹੁੰਦੇ ਹਾਂ, ਨਾ ਤੁਸੀਂ ਸਿਰਫ ਸ਼ੈਫ ਦੇ ਤੌਰ 'ਤੇ ਆਪਣੇ ਲਾਈਫ ਨੂੰ ਐਂਡ ਕਰਨਾ ਚਾਹੁੰਦੇ ਹਾਂ, ਸੋ ਆਈ ਥਿੰਕ ਯੂ ਸ਼ੁੱਡ ਆਪਟ ਫੋਰ ਯੂਨੀਵਰਸਿਟੀਜ਼। ਔਰ ਉਹ ਜਿਹੜਾ ਇੱਕ ਬੇਸਿਕ ਫਰੇਮਵਰਕ ਹੈ, ਮੈਂ ਅੱਜ ਫੇਰ ਦੱਸ ਦਿੰਦਾ ਥੋੜ੍ਹਾ ਜਿਹਾ ਕਿ ਜਿਹੜਾ SPP ਹੈ ਉਹ ਖਤਮ ਹੋ ਚੁੱਕਾ ਹੈ। ਪਲੀਜ਼ ਇਸ ਚੀਜ਼ ਨੂੰ ਸਮਝੋ, SPP ਖਤਮ ਹੋ ਚੁੱਕਾ। ਅੱਜ ਵੀ 90% ਬੱਚਿਆਂ ਦੇ ਦਿਮਾਗ 'ਚ ਹੰਬਰ ਕਾਲਜ, ਸੈਂਟੇਨੀਅਲ ਕਾਲਜ, ਸੈਨੇਕਾ ਕਾਲਜ, ਸ਼ੈਰੀਡੀਅਨ ਕਾਲਜ, ਇਹੀ ਸਾਰੀਆਂ ਚੀਜ਼ਾਂ ਫਸੀਆਂ ਹੋਈਆਂ ਨੇ। ਲੈਮਟਨ ਕਾਲਜ, ਨੋ ਡਾਊਟ, ਬਹੁਤ ਵਧੀਆ ਇੰਸਟੀਟਿਊਟਸ ਹੈ, ਤੁਸੀਂ ਉੱਥੇ ਪੜ੍ਹਨ ਜਾਓ, ਇਟਸ ਅ ਗੁੱਡ ਥਿੰਗ, ਬਟ ਸਿਰਫ ਉੱਥੇ ਹੀ ਆਪਣੇ ਦਿਮਾਗ ਨੂੰ ਨਾ ਫਸਾ ਕੇ ਰੱਖੋ। ਕੈਨੇਡਾ ਦੇ ਵਿੱਚ ਜਿਹੜਾ ਇੰਸਟੀਟਿਊਸ਼ਨਸ ਦਾ ਸਿਸਟਮ ਹੈ ਗੌਰਮੈਂਟ ਵੱਲੋਂ ਇੰਨਾ ਜ਼ਿਆਦਾ ਔਰਗਨਾਈਜ਼ਡ ਹੈ ਕਿ ਆਪਾਂ ਸ਼ਾਇਦ ਕਦੀ ਹੀ ਨਿਊਜ਼ ਸੁਣੀ ਹੋਗੀ, ਮੈਨੂੰ ਨਹੀਂ ਲੱਗਦਾ, ਮੈਂ ਵੀ ਆਪਣੇ ਕਰੀਅਰ 'ਚ ਨਹੀਂ ਸੁਣੀ ਹੈ, ਜਿੱਥੇ ਆਪਾਂ ਸੁਣਿਆ ਹੋਵੇ ਕਿ ਕੈਨੇਡਾ 'ਚ ਕੋਈ ਡੌਜੀ ਕਾਲਜ ਸੀ, ਕੋਈ ਫਰੋਡ ਕਾਲਜ ਸੀ, ਕੋਈ ਕਾਲਜ ਬੰਦ ਹੋ ਗਏ, ਉਹਨੇ ਬੱਚਿਆਂ ਨਾਲ ਧੋਖਾ ਕੀਤਾ, ਇੱਦਾਂ ਦਾ ਕੁਛ ਨਹੀਂ ਹੁੰਦਾ। ਉੱਥੇ ਜਿਹੜੇ ਇੰਸਟੀਟਿਊਟਸ ਆ ਦੇ ਆਰ ਵੈਰੀ ਵੈਰੀ ਰਿਪਿਊਟਿਡ ਇੰਸਟੀਟਿਊਟਸ, ਸੋ ਇੱਦਾਂ ਦੀ ਕੋਈ ਮਤਲਬ ਫਿਕਰ ਕਰਨ ਵਾਲੀ ਗੱਲ ਨਹੀਂ ਗੀ ਕਿ ਤੁਸੀਂ ਅਗਰ ਉਹਨਾਂ 'ਚੋਂ ਕਿਸੇ SPP ਵਾਲੇ ਕਾਲਜ ਜਿਨ੍ਹਾਂ ਦੇ ਤੁਸੀਂ ਪਹਿਲਾਂ ਨਾਂ ਜ਼ਿਆਦਾ ਸੁਣਦੇ ਸੀ, ਅਗਰ ਉਹਨਾਂ ਦੇ ਵਿੱਚ ਨਹੀਂ ਜਾ ਰਹੇ ਤਾਂ ਤੁਸੀਂ ਕੋਈ ਆਪਣੇ ਕਰੀਅਰ ਨੂੰ ਰਿਸਕ 'ਤੇ ਲਿਆ ਰਹੇ ਹਾਂ, ਇੱਦਾਂ ਕੁਛ ਨਹੀਂ ਗਾ। ਤੁਸੀਂ ਕਿਸੇ ਵੀ ਕਾਲਜ ਤਾਂ ਅੱਜ ਦੀ ਡੇਟ 'ਚ ਜਾਂਦੇ ਹਾਂ ਜਿਹਦੇ ਕੋਲ DIL ਦਾ ਲਾਇਸੈਂਸ ਹੈਗਾ, ਸੋ ਤੁਸੀਂ ਬੇਫਿਕਰ ਹੋ ਕੇ ਪੜ੍ਹਨ ਲਈ ਜਾ ਸਕਦੇ ਹੋ ਅਗਰ ਉਹ ਕੋਰਸ ਤੁਹਾਡੇ ਲਈ ਅਵੇਲੇਬਲ ਹੈ। ਸੋ SPP ਵਾਲੇ ਮਾਈਂਡਸੈਟ 'ਚੋਂ ਬਾਹਰ ਆਓ, ਯੂਨੀਵਰਸਿਟੀਜ਼ ਐਂਡ ਏਰੀਆਜ਼ ਨੂੰ ਐਕਸਪਲੋਰ ਕਰੋ, ਨਵੇਂ ਏਰੀਆਜ਼ ਬਹੁਤ ਸਾਰੇ, ਪ੍ਰਿੰਸ ਐਡਵਰਡ, ਹੋਰ ਬਹੁਤ ਸਾਰੀਆਂ ਪਲੇਸਿਸ ਆ ਜਿੱਥੇ ਯੂਨੀਵਰਸਿਟੀਜ਼ ਆ, ਨੋਵਾ ਸਕੋਸ਼ੀਆ ਸਾਈਡ, ਦੇ ਗਿਵਿੰਗ ਯੂ ਅ ਲੋਟ ਆਫ ਅਪਰਚੁਨਿਟੀਜ਼ ਜਿੱਥੇ ਤੁਸੀਂ ਸੈਟਲਮੈਂਟਸ ਵੀ ਈਜ਼ੀਲੀ ਲੱਭ ਸਕਦੇ ਆ। ਈਵਨ ਜਿਹੜੀ ਲੇਟੈਸਟ ਨਿਊਜ਼ ਹੈ ਕਿ ਕੈਨੇਡਾ ਇਜ਼ ਨਾਓ ਵਰਕਿੰਗ ਔਨ ਅ ਨਿਊ ਇਮੀਗ੍ਰੇਸ਼ਨ ਪੋਲਿਸੀ ਜਿਹਦੇ ਵਿੱਚ ਉਹ ਉਹਨਾਂ ਜਗ੍ਹਾ ਨੂੰ ਪ੍ਰਮੋਟ ਕਰੇਗਾ, ਉੱਥੇ ਇਮੀਗ੍ਰੇਸ਼ਨ ਈਜ਼ੀ ਕਰੇਗਾ ਜਿਹੜੇ ਜਗ੍ਹਾ 10,000 ਦੀ ਆਬਾਦੀ ਤੋਂ ਘੱਟ ਨੇ, ਮਤਲਬ ਜਿੱਥੇ ਪਾਪੂਲੇਸ਼ਨ 10,000 ਬੰਦਿਆਂ ਤੋਂ ਘੱਟ ਹੈ, ਲੋਕਾਂ ਤੋਂ ਘੱਟ ਹੈ, ਔਰ ਪਲੱਸ ਉਹ ਕਿਸੇ ਵੀ ਮੇਨ ਸਿਟੀ ਤੋਂ 75 ਕਿਲੋਮੀਟਰ ਦੂਰ ਨੇ ਸ਼ਹਿਰ। ਸੋ ਮਤਲਬ ਛੋਟੇ ਸ਼ਹਿਰਾਂ ਦੇ ਵਿੱਚ ਕੈਨੇਡਾ ਜ਼ਿਆਦਾ ਪ੍ਰਮੋਟ ਕਰੇਗਾ ਆਉਣ ਵਾਲੇ ਟਾਈਮ 'ਚ, ਇਮੀਗ੍ਰੇਸ਼ਨ ਨੂੰ ਜ਼ਿਆਦਾ ਰਿਲੈਕਸਿੰਗ ਕਰੇਗਾ। ਇਹਦੇ ਵਿੱਚ ਨਵੀਆਂ ਪੋਲਿਸੀਜ਼ ਐਕਸਪੈਕਟਿੰਗ ਅਰਾਊਂਡ 3-6 ਮਹੀਨੇ ਦੇ ਵਿੱਚ ਆਉਣਗੀਆਂ। ਸੋ ਇਸ ਤਰੀਕੇ ਨਾਲ ਅਗਰ ਤੁਸੀਂ ਨੋਟ ਕਰੋਗੇ, ਯੂਨੀਵਰਸਿਟੀਜ਼ ਤੁਹਾਨੂੰ ਬਹੁਤ ਸਾਰੀਆਂ ਮਿਲਣਗੀਆਂ ਜਿਹੜੀਆਂ ਇੱਦਾਂ ਦੇ ਜਗ੍ਹਾ 'ਤੇ ਹੋਣਗੀਆਂ, ਔਰ ਇੱਦਾਂ ਦੀ ਜਗ੍ਹਾ 'ਤੇ ਤੁਹਾਡੇ ਲਈ ਬਹੁਤ ਸਾਰੀਆਂ ਆਪਸ਼ਨਸ ਉਹ ਕ੍ਰੀਏਟ ਕਰਨਗੀਆਂ, ਜਿਹਦੇ ਅੱਗੇ ਤੁਹਾਨੂੰ ਇਮੀਗ੍ਰੇਸ਼ਨ ਪੋਲਿਸੀਜ਼ ਤੁਹਾਡੇ ਨਾਲ ਜਦੋਂ ਅਟੈਚ ਹੋਣਗੀਆਂ ਤਾਂ ਤੁਹਾਡੇ ਸੈਟਲਮੈਂਟ ਦੇ ਰਸਤੇ ਬਹੁਤ ਕਲੀਅਰ ਹੋਣਗੇ। ਜੋਬਸ ਨੂੰ ਲੈ ਕੇ ਅਗਰ ਆਪਾਂ ਗੱਲ ਕਰੀਏ ਉਹਨਾਂ ਏਰੀਆਜ਼ ਦੇ ਵਿੱਚ, ਤਾਂ ਜਿੱਦਾਂ ਜਿੱਦਾਂ ਬੱਚਿਆਂ ਦਾ ਰੁਝਾਨ ਵਧੇਗਾ, ਜਿੱਦਾਂ ਜਿੱਦਾਂ ਪਾਪੂਲੇਸ਼ਨ ਉੱਧਰ ਨੂੰ ਜਾਣ ਲੱਗੇਗੀ, ਤਾਂ ਓਪਰਚੁਨਿਟੀਜ਼ ਵੀ ਕ੍ਰੀਏਟ ਹੋਣਗੀਆਂ, ਨਾ ਸਿਰਫ ਜੋਬਸ ਕਰਨ ਦੀਆਂ। ਮਾਈਂਡਸੈਟ 'ਚੋਂ ਬਾਹਰ ਆਓ, ਤੁਸੀਂ ਉੱਥੋਂ ਪੜ੍ਹ ਕੇ ਜ਼ਰੂਰੀ ਨਹੀਂ ਹੈ ਜੋਬ ਕਰਨਾ, ਯੂ ਕੈਨ ਡੂ ਯੂਰ ਓਨ ਬਿਜ਼ਨਸ ਇਜ਼ ਐਸ ਵੈਲ। ਸੋ ਆਹ ਜਿਹੜੀਆਂ ਜਗ੍ਹਾ ਨੇ ਜਿੱਥੇ ਗੌਰਮੈਂਟ ਇੱਦਾਂ ਦੀ ਸਕੀਮਸ ਲਾਂਚ ਕਰੂਗੀ, ਡੈਫੀਨੇਟਲੀ ਉੱਥੇ ਫਾਈਨੈਂਸ਼ੀਅਲ ਏਡ ਵੀ ਖੜੀ ਹੋਣੀ ਹੈ, ਸੋ ਬਹੁਤ ਸਾਰੀ ਸਪੋਰਟ ਉੱਥੇ ਖੜੀ ਹੋਣੀ ਹੈ ਤੁਹਾਡੇ ਲਈ। ਸੋ ਉਹਨਾਂ ਜਗ੍ਹਾ 'ਤੇ ਵੀ ਤੁਸੀਂ ਆਪਣੇ ਕਰੀਅਰ ਬਣਾਉਣ ਦੀ ਸੋਚ ਸਕਦੇ ਹਾਂ। ਇੱਕ ਮੇਨ ਸੈੱਟ 'ਚੋਂ ਬਾਹਰ ਆਓ। ਸੈਕਿੰਡਲੀ, ਜਦੋਂ ਯੂਨੀਵਰਸਿਟੀ ਅਗਰ ਤੁਸੀਂ ਹਜੇ ਵੀ ਉਹ ਪ੍ਰੈਜੈਂਟ ਮਾਈਂਡ ਸੈੱਟ 'ਚ ਫਸੇ ਹਾਂ, ਤਾਂ ਤੁਸੀਂ ਇਹਨੂੰ ਇੱਦਾਂ ਵੀ ਦੇਖ ਸਕਦੇ ਹਾਂ ਕਿ ਅਗਰ ਸਾਰਿਆਂ 'ਚ 6 ਹੈ, ਆਲ ਨਹੀਂ, ਮੈਂ ਆਲ ਕਹਿ ਰਿਹਾ ਇੱਥੇ, ਮੈਂ ਓਵਰਆਲ ਨਹੀਂ ਕਹਿ ਰਿਹਾ, ਅਗਰ ਆਲ ਮੋਡਿਊਲਸ ਦੇ ਵਿੱਚ 6 ਹੈ ਤਾਂ ਤੁਸੀਂ ਕਾਲਜਿਸ ਲਵੋ। ਅਗਰ ਇੱਥੇ ਕਿਸੇ 'ਚ ਵੀ ਗੜਬੜ ਹੈ, ਮਤਲਬ ਕਿਸੇ ਇੱਕ 'ਚ ਵੀ 5.5 ਹੈ, ਤਾਂ ਯੂਨੀਵਰਸਿਟੀਜ਼ ਆਰ ਦਾ ਬੈਟਰ ਵੇ ਟੂ ਪ੍ਰੋਸੀਡ। ਪਰਸੈਂਟੇਜ ਆਪਣੀ 60% ਹੈ, 6 ਈਚ ਹੈ, ਕਾਲਜਿਸ ਪ੍ਰੈਫਰ ਕਰ ਲਓ।
अदरवाइज गो फॉर यूनिवर्सिटीज़। सो यूनिवर्सिटीज़ इस टाइम तुसी एक तरीके ने इनू आ लै सकते हैं कि अगर अपने प्रोफाइल च 19-21 का इशू है तो उहदे रस जगह तुसी यूनिवर्सिटी लै सकते हैं। क्यों? वो इसलिए कि अगर तुसी तुहाडे प्रोफाइल च किसी च 5.5 घट है या किसी च परसेंटेज घट है तो यूनिवर्सिटीज़ नू ऐड करन दे नाल तुसी अपने प्रोफाइल दे विच एक ग्रेड नैक्सट लैवल का ऐड करते हैं। तुसी वीज़ा ऑफिसर नू अपनी कमिटमेंट टूवर्ड एजुकेशन नू ज़्यादा स्ट्रोंग कर देने हैं कंपैरेटिवली सेम लो प्रोफाइल के उपर तुसी किसी कॉलेज डिप्लोमा च जाण दी कोशिश करो। सो अपने जिहड़ा जदों फाइल तुसी लगाउंदे आ उहनू देसी भाषा च मैं कहदा तुहानूं इदां गिणो कि आ जिन्नियां वी चीज़ां ने आ जिहड़े सिनारियोज़ ने आ सारे स्टार ने, जिन्ने वधिया स्टार तुसी अपनी फाइल च ला के भेजोगे उन्ने ज़्यादा चांसिस वीज़ा दे हैगे आ। सो तुहाडा अगर परसेंटेज घट है उहदी जगह यूनिवर्सिटी लै लो, डिप्लोमा की जगह डिग्री लै लो। सो डेफिनेटली द चांसिस ऑफ वीज़ा राइज बिकॉज जो वीज़ा ऑफिसर तुहानू असैस करेगा तो वह आ भी देखेगा कि अगर तुहाडा कितने घट है तो उहदी जगह तुहाडी जिहड़ी कमिटमेंट टूवर्ड्स एजुकेशन है वह ज़्यादा लंबी है। तुसी 2 साल के डिप्लोमे च सैटलमेंट की नीयत ना शायद उन्ना ज़्यादा नहीं जा रहे, तुसी ज़्यादा शायद अपने करियरली फोकसड होकर जा रहे हो। सो यह जिहड़ी चीज़ है तुहानू डेफिनेटली एक स्ट्रोंग प्रेजेंटेशन जरूर दिंदी है एम्बेसी दे विच। जी बिल्कुल कवर साहब, जिवें तुसी एक ब्रॉडर प्रोस्पेक्टिव नूं ध्यान च रख के सारा एक्सप्लेन किया तो दोस्तों मैं तुहानूं भी कहना चाहूँगा कि रैदर दैन यह सोच लैके जाण दे कि मैं किसी ना किसी तरीके नाल कैनेडा पहुँच जा चाहे कोई भी कोर्स होवे। कवर साहब का कहन का मकसद ये जरूर है कि बहुत सारे स्टूडेंट्स अज की डेट उत्थे पहुँच भी जाते हैं, उस तो बाद कई साल उन्होंने स्ट्रगल विच लंघते हैं तो सैटलमेंट बहुत औखी होंदी है, उस वक्त फिर कोई बहुत ज़्यादा करन नूं कुछ हुंदा नहीं। सो बैटर है कि तुसी एक कंसल्टेंट, एक एक्सपीरियंस ते प्रोफेशनल कंसल्टेंट तो राय लै के फरदर की प्लैनिंग करो तो थोनू एक बैटर फ्यूचर मिल सकता। डेफिनेटली दीपक जी, सिर्फ कैनेडा जाना अपना मकसद ना रखो। अगर तुहाडा प्रोफाइल सोहना है, ठीक है, वधिया है, अकॉर्डिंग टू स्टैंडर्ड्स है, कैनेडा तुसी चले जाओगे, पर कैनेडा जाके करना की है यह भी अपने दिमाग च लैके चलो। अपनी पढ़ाई नू उस तरीके नाल चुनो कि वह कैनेडा जाके भी तुहानू करियर बिल्ड करन दे विच फायदेमंद होवे, ना कि सिर्फ PR लैण च फायदेमंद होवे। PR दोनों सिनारियो च मिलना है, उल्टा यूनिवर्सिटीज़ होर ज़्यादा चांस है मिलन दे बिकॉज डिग्री दे पॉइंट्स डिप्लोमा दे कंपैरेटिवली ज़्यादा होंदे आ। जी कवर साहब, जिवें तुसी दस्या कि कई होर ओपरचुनिटीज़ भी आ रही हैं कैनेडा, जिहड़े आउटस्कर्ट्स ते स्टेट्स ने जिहड़ी जगह उहदे वास्ते प्रमोशन कर रहे हैं ਤਾਂ ਤੁਸੀਂ ਉਹਦੇ ਬਾਰੇ ਵੀ ਜ਼ਰੂਰ ਇੱਕ ਐਪੀਸੋਡ ਲੈ ਕੇ ਆਓ ਜਿਹਦੇ 'ਚ ਤੁਸੀਂ। ਡੈਫੀਨੇਟਲੀ ਅਸੀਂ ਵੀ ਆਰ ਵੇਟਿੰਗ ਔਨ ਕੈਨੇਡੀਅਨ ਗਵਰਨਮੈਂਟ ਐਕਚੁਲੀ, ਇਹ 3-4 ਮਹੀਨੇ 'ਚ ਸ਼ਾਇਦ ਉਹਨਾਂ ਨੇ ਕਿਹਾ ਕਿ ਇਹ ਪੂਰਾ ਡਿਸਕਲੋਜ਼ ਕਰੂਗੇ ਪਲੈਨ। ਵੰਸ ਉਹ ਆਪਣੀਆਂ ਪੂਰੀਆਂ TNC ਸੈੱਟ ਕਰੂਗੇ ਫਿਰ ਉਹਨਾਂ ਏਰੀਆਜ਼ ਦੇ ਵਿੱਚ ਕੀ ਓਪਰਚੁਨਿਟੀਜ਼ ਨੇ ਇਹਨਾਂ ਬੱਚਿਆਂ ਲਈ ਉਹ ਆਪਾਂ ਆਉਣ ਵਾਲੇ ਸ਼ੋਅ 'ਚ ਜ਼ਰੂਰ ਦੱਸਾਂਗੇ। ਸੋ ਦੋਸਤੋ, ਤੁਸੀਂ ਜ਼ਰੂਰ ਕਵਰ ਸਾਹਿਬ ਦੇ ਸ਼ੋਅਜ਼ ਦੇਖਦੇ ਰਹੀਓ ਕਿਉਂਕਿ ਜਦੋਂ ਨਵੀਆਂ ਪੋਲਿਸੀਜ਼ ਆਉਂਦੀਆਂ ਉਸ ਵਕਤ ਕਈ ਤਰ੍ਹਾਂ ਦੀਆਂ ਨਵੀਆਂ ਓਪਰਚੁਨਿਟੀਜ਼ ਆਉਂਦੀਆਂ। उस हिसाब नाल जे तुहानू सही गाइडेंस मिल जाए किस तरीके दे कोर्स तुहानू करने चाहिए है जिहड़े कि उत्थे बिजनेसिस च काम आ सकदे ने, किद्दां दीआं यूनिवर्सिटीज़ ने, सो थोड़े लई नो डाउट बेनीफिशियल होएगा। सो जे थोड़े कोई स्पैसीफिक सवाल ने कैनेडा नू लैके तां तुसी कवर साहब दी टीम नू कॉन्टैक्ट कर सकदे हो। थैंक यू जी, प्रोग्राम देख रहे सारे दोस्तों सत श्री अकाल।